ਨਮਸਕਾਰ ਅੱਜ ਬਣਾਵਾਂਗੇ ਆਲੂ ਪਿਆਜ਼ ਦੇ ਪਕੌੜੇ कुरकुरे ਕਰਾਰੇ ਕ੍ਰਿਸਪੀ ਹੋਣਗੇ ਤੇ ਖਾਸ ਟਿਪਸ ਦੇ ਨਾਲ ਬਣਾਵਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਦੇਖਿਓ ਤੇ ਇਹ ਆਪਾਂ 500 ਗ੍ਰਾਮ ਆਲੂ ਲੈ ਲੈਨੇ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਇਹਦਾ ਜਿਹੜਾ ਥੋੜਾ ਬਹੁਤਾ ਛਿਲਕਾ ਆਪਣਾ ਖਰਾਬ ਲੱਗਦਾ ਹੋਊ ਆਪਾਂ ਤਾਰ ਲਾਂਗੇ ਤੇ ਇਹਨਾਂ ਨੂੰ ਆਪਾਂ ਛਿਲਕੇ ਸਮੇਤ ਹੀ ਆਪਾਂ ਕੱਟਾਂਗੇ ਅਲੂਆਂ ਨੂੰ ਆਪਾਂ ਪਤਲੇ ਵਿੱਚ ਤੇ ਲੰਬੇ ਵਿੱਚ ਕੱਟਾਂਗੇ ਤੇ ਇਹ ਆਪਾਂ ਜਿਸ ਤਰ੍ਹਾਂ ਹਲਵਾਈ ਸਟਾਈਲ ਹੀ ਬਣਾਵਾਂਗੇ ਹਲਵਾਈ ਪਿਛਲਕਾ ਨਹੀਂ ਆਲੂਆਂ ਦਾ ਧਾਰਦੇ ਤੇ ਉਹਨਾਂ ਦੇ ਜਿਹੜੇ ਪਕੌੜੇ ਹੁੰਦੇ ਨੇ ਬਹੁਤ ਹੀ ਕਰਾਰੇ कुरकुरे ਹੁੰਦੇ ਨੇ ਤੇ ਬਿਲਕੁਲ ਆਪਣੇ ਵੀ ਪਕੌੜੇ ਉਸ ਨਾਲ ਵਾਧੀ ਵਧੀਆ ਬਣਨਗੇ ਬਹੁਤ ਟੇਸਟੀ ਲੱਗਣਗੇ ਆਲੂਆਂ ਨੂੰ ਅਸੀਂ ਕੱਟ ਲਿਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਤਿੰਨ ਤੋਂ ਚਾਰ ਵਾਰ ਅਸੀਂ ਧੋ ਲਿਆ ਤੇ ਤਿੰਨ ਅਸੀਂ ਪਿਆਲੇ ਆ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਵੀ ਆਪਾਂ ਲੰਬੇ 'ਚ ਕੱਟਿਆ ਤੇ ਪਤਲੇ 'ਚ ਕੱਟਿਆ ਹੈ ਹਾਵ ਚਮਚ ਮਿਰਚ ਦਾ ਪਾ ਲਾਂਗੇ ਇੱਕ ਚਮਚ ਨਮਕ ਦਾ ਪਾ ਲਾਂਗੇ ਜੇਕਰ ਆਪਾਂ ਨੂੰ ਘੱਟ ਲੱਗਣਗੇ ਤਾਂ ਆਪਾਂ ਨਮਕ ਮਿਰਚ ਬਾਅਦ 'ਚ ਆਪਾਂ ਪਾ ਸਕਦੇ ਆ ਜੇਕਰ ਵੱਧ ਹੋਵੇਗਾ ਤਾਂ ਫਿਰ ਆਪਾਂ ਘਟਾ ਨਹੀਂ ਸਕਦੇ ਤੇ ਆਪਾਂ 2 ਚਮਚ ਬੇਸਨ ਦੇ ਪਾਵਾਂਗੇ ਇੱਕ ਵਾਰ ਤੇ ਜਰੂਰਤ ਲੱਗੇਗੀ ਤਾਂ ਫਿਰ ਆਪਾਂ ਹੋਰ ਪਾ ਲਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਰੀ ਮਸਲ ਲਾਂਗੇ ਕਿ ਜਿਹੜੇ ਮਸਾਲੇ ਨੇ ਸਾਰੇ ਰਚ ਜਾਣ ਤੇ ਆਪਾਂ ਨੂੰ ਪਤਾ ਲੱਗ ਜਾਏ ਕਿ ਬੇਸਨ ਦੀ ਹੋਰ ਜ਼ਰੂਰਤ ਹੈ ਕਿ ਨਹੀਂ ਹੈ ਸਾਰਾ ਬੇਸਨ ਆਪਾਂ ਇੱਕ ਵਾਰ 'ਚ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਵਿਸਨ ਘਾਟਿਆ ਆਪਣਾ ਤੇ ਦੋ ਚਮਚ ਵਿਸਨ ਦੇ ਹੋਰ ਪਾ ਲਾਂਗੇ ਤੇ ਫਿਰ ਆਪਾਂ ਚੰਗੀ ਤਰ੍ਹਾਂ ਮਸਲ ਦੇਾਂਗੇ ਇਹ ਆਪਾਂ ਬਿਨਾਂ ਪਾਣੀ ਤੋਂ ਬਣਾਵਾਂਗੇ ਬਿਲਕੁਲ ਪਾਣੀ ਨਹੀਂ ਪਾਵਾਂਗੇ ਤੇ ਆਪਾਂ ਇਹਨਾਂ ਨੂੰ ਅੱਧੇ ਘੰਟੇ ਵਾਸਤੇ ਰੈਸਟ ਤੇ ਰੱਖ ਦੇਾਂਗੇ ਟੱਕ ਕੇ ਤੇ ਇਹ ਫਿਰ ਆਪਣਾ ਪਾਣੀ ਛੱਡ ਦੇਣਗੇ ਅੱਧੇ ਘੰਟੇ ਬਾਅਦ ਆਪਾਂ ਚੈੱਕ ਕਰਦੇ ਆਂ ਤੇ ਆਪਣੇ ਜਿਹੜੇ ਆਲੂਆਂ ਨੇ ਤੇ ਪਿਆਜ਼ਾਂ ਨੇ ਪਾਣੀ ਛੱਡ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਪਾਣੀ ਬਿਲਕੁਲ ਵੀ ਨਹੀਂ ਪਾਇਆ ਤੇ ਫਿਰ ਇਹਨਾਂ ਦਾ ਇਹੀ ਪਾਣੀ ਵਿੱਚੋਂ ਨਿਕਲਿਆ ਪਿਆਜ਼ਾਂ ਦੇ ਤੇ ਆਲੂਆਂ ਦਾ ਤੇ ਇਹ ਹੁਣ ਆਪਾਂ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਇਹਦਾ ਵੇਸਣ ਲੈ ਕੇ ਤੇ ਆਪਾਂ ਇਹਦਾ ਨਮਕ ਮਿਰਚ ਚੈੱਕ ਕਰ ਲਾਂਗੇ ਤੇ ਜਰੂਰਤ ਲੱਗੇਗੀ ਤੇ ਆਪਾਂ ਹੋਰ ਪਾ ਲਾਂਗੇ ਤੇ ਇਸ ਤਰ੍ਹਾਂ ਆਪਾਂ ਬਹੁਤ ਸੌਖਾ ਤਰੀਕਾ ਵਧਿਕਾ ਜੇਕਰ ਆਪਣਾ ਇਸ ਤਰੀਕੇ ਆਪਾਂ ਬਣਾ ਦੇਣੀ ਤਾਂ ਆਪ ਨੂੰ ਬਿਲਕੁਲ ਪਤਾ ਨਹੀਂ ਲੱਗੇਗਾ ਨਮਕ ਮਿਰਚ ਆਪਣਾ ਕਾਟੇ ਕੇ ਬਾਅਦ ਤੇ ਨਮਕ ਸਾਨੂੰ ਥੋੜਾ ਘੱਟ ਲੱਗੇ ਤੇ ਆਪਾਂ ਹੋਰ ਪਾਤਾ ਮਿਰਚ ਸਾਡੀ ਬਿਲਕੁਲ ਪੂਰੀ ਆਲੂ ਆਪਣੇ ਪੂਰੇ ਕਵਰ ਵੇਸਣ ਨਾਲ ਨਹੀਂ ਹੋਏ ਇਸ ਕਰਕੇ ਆਪੇ ਇੱਕ ਚਮਚ ਵੇਸਣ ਦਾ ਹੋਰ ਪਾਣ ਲੱਗੇ ਆ ਤੇ ਇਹਦੇ ਵਿੱਚ ਵੇਸਣ ਬਹੁਤ ਹੀ ਘੱਟ ਪਾਇਆ ਜਾਂਦਾ ਤੇ 5 ਚਮਚ ਆਪਣੇ ਟੋਟਲ ਲੱਗਿਆ ਵੇਸਣ ਦੇ ਤੇ ਇਹਦੇ ਵਿੱਚ ਹਰੀ ਮਿਰਚ ਵਗੈਰਾ ਕੁਝ ਨਹੀਂ ਤੜੀਆਂ ਤੁਣੀਆਂ ਪਾਲਕ ਨਹੀਂ ਪਾਵਾਂਗੇ ਸਿੰਪਲ ਆਲੂ ਪਿਆਜ਼ ਦੇ ਪਕੌੜੇ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਸਰੋਂ ਦਾ ਤੇਲ ਆਪਾਂ ਲੈ ਲਿਆ ਫੁੱਲ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਕੌੜੇ ਤਲਨੇ ਸ਼ੁਰੂ ਕਰ ਦਿੱਤੇ ਆ ਤੇ ਥੋੜਾ ਸਾਵਧਾਨੀ ਦੇ ਨਾਲ ਇੱਥੇ ਤਲਨੇ ਪੈਂਦੇ ਆ ਕਿਉਂਕਿ ਛਿੱਟਾਂ ਕਾਫੀ ਉੱਪਰ ਨੂੰ ਉੱਡਦੀਆਂ ਨੇ ਪਕੌੜੇ ਨੂੰ ਆਪਾਂ ਚਾਹ ਦੇ ਨਾਲ ਖਾ ਸਕਦੇ ਆ ਰੋਟੀ ਦੇ ਨਾਲ ਤਾਂ ਫਿਰ ਬਹੁਤ ਹੀ ਟੇਸਟ ਵਧ ਗਿਆ ਹੁੰਦਾ ਇਹਨਾਂ ਪਕੌੜਿਆਂ ਦਾ ਤੇ ਆਪਾਂ ਪਕੌੜਿਆਂ ਦੀ ਪਲਟੀ ਹਿਲਾਉਂਦੇ ਰਵਾਂਗੇ ਇਹਨਾਂ ਨੂੰ ਸਾਰੇ ਕੱਚੇ ਨਾ ਰਹਿਣ ਆਪਣੇ ਪਕੌੜੇ ਤੇ ਜਿਹੜੇ ਆਪਾਂ ਨੇ ਇਹ ਆਪਣੇ ਜਿਹੜੇ ਪਕੌੜੇ ਹੋਣਗੇ ਇੱਕ ਪਤਲੀ ਜੀ ਬੇਸਨ ਦੀ ਲੇਅਰ ਹੋਏਗੀ ਤੇ ਕਈ ਵਾਰ ਤੁਸੀਂ ਦੇਖਿਆ ਨੇ ਆਪਾਂ ਪਕੌੜੇ ਲਿਆਉਣੇ ਬਹੁਤ ਸਾਰਾ ਬੇਸਨ ਵਿੱਚ ਹੁੰਦਾ ਭਰੇ ਹੁੰਦੇ ਨੇ ਤੇ ਬੇਸਨ ਵਿੱਚ ਉਹ ਕੱਚਾ ਲੱਗਦਾ ਤਾਂ ਉਹ ਸੁਆਦ ਨਹੀਂ ਪਕੌੜੇ ਲੱਗਦੇ ਤੇ ਆਪਣੇ ਪਕੌੜੇ ਤਲੇ ਗਏ ਨੇ ਪੂਰੇ 골ਡਨ ਕਲਰ ਦੇ ਹੋ ਗਏ ਨੇ ਆਪਾਂ ਪਕੌੜਿਆਂ ਨੂੰ ਕੱਢ ਲੈਣੇ ਆ ਸਾਰਿਆਂ ਨੂੰ ਇਸ ਤਰ੍ਹਾਂ ਹੀ ਪਕੌੜੇ ਤਾਂ ਬਿਲਕੁਲ ਸਿੰਪਲ ਨੇ ਸੌਖੇ ਨੇ ਬਣਾਉਣੇ ਤੇ ਬਣਾਉਣ ਲੱਗੇ ਵੀ ਕੁਝ ਖਾਸ ਟਾਈਮ ਨਹੀਂ ਲੱਗਦਾ ਤੇ ਆਲੂ ਪਿਆਜ਼ ਤਾਂ ਆਪਣੇ ਹਰ ਟਾਈਮ ਘਰ ਦੇ ਵਿੱਚ ਹੁੰਦੇ ਆ ਤੇ ਬਣਾਉਣੇ ਤਾਂ ਬਿਲਕੁਲ ਸੌਖੇ ਨੇ ਜਿੰਨੀ ਸਿੰਪਲ ਰੈਸਪੀ ਓਨੀ ਹੀ ਇਹ ਸਵਾਦ ਨਾਲ ਭਰੀ ਹੋਈ ਹੈ ਤੇ ਆਪਾਂ ਦੂਸਰੇ ਪਕੌੜੇ ਵੀ ਸਾਰੇ ਇਸ ਤਰ੍ਹਾਂ ਤਲ ਲਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਨੇ ਸਾਰੇ ਪਕੌੜੇ ਬਣ ਕੇ ਤਿਆਰ ਹੋ ਗਏ ਬਹੁਤ ਹੀ कुरकुरੇ ਕਰਾਰੇ ਤੁਸੀਂ ਦੇਖ ਸਕਦੇ ਹੋ ਕਿ ਵੇਸਨਾਂ ਬਿਲਕੁਲ ਨਹੀਂ ਭਰੋ ਇੱਕ ਪਤਲੀ ਜੀ ਵੇਸਨ ਦੀ ਉੱਪਰ ਲੇਅਰ ਤੇ ਪੂਰੇ ਨਰਮ ਨੇ ਆਪਣੇ ਆਲੂ ਵਿੱਚ ਕੋੜੇ ਆਪਣੇ ਪੂਰੇ कुरकुरੇ ਕਰਾਰੇ ਬਣ ਕੇ ਤਿਆਰ ਹੋਏ ਨੇ ਤੇ ਸੌਸ ਨਾਲ ਤੁਸੀਂ ਆਪਣੀ ਮਨਪਸੰਦ ਲੈ ਸਕਦੇ ਹੋ ਤੇ ਇਹ ਤੁਸੀਂ ਰੈਸਪੀ ਜ਼ਰੂਰ ਬਣਾ ਕੇ ਦੇਖਿਓ ਤੇ ਫਿਰ ਕਮੈਂਟ ਰਹੀ ਆਪਣੇ ਸੁਝਾਅ ਸਾਂ ਜ਼ਰੂਰ ਦਿਓ ਕਿ ਤੁਹਾਨੂੰ ਇਹ ਮੇਰੀ ਵੀਡੀਓ ਰੈਸਪੀ ਕਿਸ ਤਰ ਲੱਗੀ ਧੰਨਵਾਦ